ਓਏ ਆ ਤੇ ਲੇਡੀ ਸਪੋਰਟ ਹੱਥ ਤੋੜ ਕਰਦੀ ਆ ਬਾਈ ਜੀ ਹੱਥ ਤੋੜਿਆ ਓ ਤੇਰੀ ਆ ਦੇਖੋ ਜੀ ਨਾ ਮੈਂ ਹੱਥ ਤੇ ਆ ਲੇਡੀ ਸੇ ਹੱਥ ਚੱਕਿਆ ਆ ਸੁਰਜੀਤ ਸਿੰਘ ਐਸਆਈ ਨੇ ਆ ਸੁਰਜੀਤ ਸਿੰਘ ਐਸਆਈ ਨੇ ਓ ਹੱਥ ਆ ਦੇ ਹੱਥ ਫੜੇ ਆਪਨੇ ਸੁਰਜੀਤ ਸਿੰਘ ਆਪਨੇ ਆ ਚਲੇ ਆਪਨੇ ਓਏ ਹੱਥ ਆਪਨੇ ਸੁਰਜੀਤ ਜੀ ਨੇ ਇੱਧਰ ਆਈ ਇੱਧਰ ਆਏ ਮੁੰਡੇ ਆਪਨੇ ਆਪਨੇ ਓ ਹਲੋ ਆ ਦੇ ਸੁਰਜੀਤ ਸਿੰਘ ਨੇ ਉਹਦੀ ਅਮਨਦੀਪ ਜੀ ਨੇ ਮੇਰੀ ਮੰਮਾ ਦਾ ਹੱਥ ਫੜਿਆ ਠੀਕ ਹੈ ਲੇਡੀਜ਼ ਹੱਥ ਚੱਕਿਆ ਆ ਖੜੇ ਨੇ ਲੇਡੀਜ਼ ਆ ਖੜੇ ਨੇ ਇੱਕ ਆ ਰਿਹਾ ਇੱਕ ਆ ਸੁਰਜੀਤ ਸਿੰਘ ਐਸਆਈ ਠੀਕ ਹੈ ਜੀ ਇੱਕ ਜਨਾਨੀ ਦੇ ਕਹਿਣ ਤੇ ਆ ਗਿਆ ਇਹਨੂੰ ਇਹਦਾ ਨਹੀਂ ਪਤਾ ਇੱਕ ਸਾਲ ਤੋਂ ਉਹਨੇ ਕੁੰਡੀ ਲਾਈ ਹੈ ਉਹਦੀ ਸਿਰਫ ਕੁੰਡੀ ਫੜੀ ਗਈ ਹੈ ਇੱਕ ਸਾਲ ਤੋਂ ਉਹਦੀ ਕੁੰਡੀ ਫੜੀ ਹੱਥ ਫਿਰ ਉਹੀ ਗੱਲ ਹੈ ਤੁਸੀਂ ਫਿਰ ਕਹਿਣ ਦਾ ਮਤਲਬ ਲੇਡੀਜ਼ ਹੱਥ ਕਿਵੇਂ ਚੱਕਿਆ ਤੁਸੀਂ ਚਲੋ ਦੱਸੋ ਆ ਸੁਰਜੀਤ ਸਿੰਘ ਜੀ ਨੇ ਇਹਨਾਂ ਨੇ ਲੇਡੀਜ਼ ਤੇ ਹੱਥ ਚੱਕਿਆ ਠੀਕ ਹੈ ਜੀ ਘਰ ਦੇ ਅੰਦਰ ਆ ਕੇ ਬਿਲਕੁਲ ਹੱਥ ਨਹੀਂ ਚੱਕਿਆ ਦੋ ਬੰਦੇ ਨਾਲ ਲੈ ਕੇ ਆਏ ਨੇ ਆ ਫੋਨ ਲੈ ਕੇ ਆਈ ਮਾੜਾ ਬੰਟੀ ਭਾਈ ਨੂੰ ਫੋਨ ਕਰਿਓ ਮਾੜਾ ਕਰਿਆ ਨਹੀਂ ਆ ਖੜੇ ਨੇ ਲੇਡੀਜ਼ ਸਾਰੇ ਠੀਕ ਹੈ ਜੀ ਇਹ ਲੇਡੀਜ਼ ਤੇ ਹੱਥ ਚੱਕਦੇ ਆ ਕੇ ਸੁਰਜੀਤ ਜੀ ਠੀਕ ਹੈ ਤੁਸੀਂ ਐਦਰ ਗਾਤੇ ਸੰਬੰਧੀ ਆਏ ਹੋ ਤੁਸੀਂ ਸੈਟੀਸਫਾਈ ਕਰੋ ਆਸ ਤਰੋਸ ਨੂੰ ਹਾਂ ਬਾਈ ਜੀ ਤੁਹਾਨੂੰ ਪੂਰੀ ਗੱਲ ਪਤਾ ਇਹਨਾਂ ਨੇ ਮੇਰੀ ਮੰਮਾ ਦਾ ਹੱਥ ਤੋੜਤਾ ਹੈ ਠੀਕ ਹੈ ਜੀ ਤੇ ਆ ਕੇ ਹਸਪਤਾਲ ਚ ਮਿਲਣ ਠੀਕ ਹੈ ਤੁਹਾਨੂੰ ਹਾਲੇ ਪੂਰੀ ਗੱਲ ਪਤਾ ਨਹੀਂ ਹੈ ਇਹਨਾਂ ਦੀ ਸਿਰਫ ਕੁੰਡੀ ਫੜੀ ਗਈ ਹੈ ਤਾਂ ਕਰਕੇ ਨਹੀਂ 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 ਜੀ ਤੁਸੀਂ ਦੱਸੋ ਜੇ ਤੁਹਾਨੂੰ ਪੂਰੀ ਗੱਲ ਦਾ ਪਤਾ ਨਹੀਂ ਤੁਸੀਂ ਲੇਡੀਜ਼ ਤੇ ਕਿਵੇਂ ਹੱਥ ਚੱਕਿਆ ਆਹ ਦੇਖੋ ਜੀ ਆਹ ਬੈਠੇ ਨੇ ਲੇਡੀਜ਼ ਥੱਲੇ ਬੈਠੋ ਮਾੜਾ ਇੱਧਰ ਆਓ ਇੱਕ ਮਿੰਟ ਇੱਧਰ ਆਇਓ ਮਾੜਾ ਆਹ ਲੇਡੀਜ਼ ਬੈਠੀ ਇੱਕ ਮਿੰਟ ਯਾਰ ਇੱਥੇ ਆ ਬੈਠੀ ਲੇਡੀਜ਼ ਠੀਕ ਹੈ ਜੀ ਆਹ ਫੋਟੋਆਂ ਖਿੱਚੀ ਮਾੜਾ ਕਾਗਜ਼ ਦੀ ਫੋਟੋਆਂ ਖਿੱਚੀ ਮੁਲਾਜ਼ਮ ਨੂੰ ਕੋਈ ਨੀ ਹੱਥ ਪਾ ਸਕਦਾ ਜੀ ਉਹ ਬਾਈ ਜੀ ਲੇਡੀਜ਼ ਨੂੰ ਹੱਥ ਪਾਈ ਮੈਂ ਤਾਂ ਕਹਿ ਰਿਹਾ ਸੀ ਥਾਣੇ ਅਸੀਂ ਕੋਈ ਭੱਜ ਜਾਂਗੇ ਅਸੀਂ ਸਰਕਾਰੀ ਨੌਕਰੀ ਛੱਡ ਕੇ ਭੱਜ ਜਾਂਗੇ ਪਰ ਇੱਕ ਚੀਜ਼ ਹੈਗੀ ਆ ਦੇਖੋ ਨਹੀਂ ਕਹਿਣ ਦਾ ਮਤਲਬ ਹੈਗਾ ਆਹ ਦੇਖ ਲੈ ਉਹ ਹੈਗੇ ਨੇ ਮੈਨੂੰ ਨਹੀਂ ਛੱਡਣਾ ਇਹਨੇ ਮੇਰਾ ਹੱਥ ਤੋੜਦਾ ਇਹਨੂੰ ਨਹੀਂ ਮੈਂ ਛੱਡਣਾ ਲੇਡੀਜ਼ ਪੁਲਸ ਹੈਗੀ ਤੁਹਾਡੇ ਕੋਲ ਲੇਡੀਜ਼ ਇੱਕ ਮਿੰਟ ਆ ਲਓ ਚਲੋ ਠੀਕ ਹੈ ਤੁਹਾਡੇ ਕੋਲ ਲੇਡੀਜ਼ ਪੁਲਸ ਹੈਗੀ ਹੈ ਤੁਸੀਂ ਹੱਥ ਚੱਕਿਆ ਵੀਡੀਓ 'ਚ ਹੈਗਾ ਲੇਡੀਜ਼ ਪੁਲਸ ਕਿੱਥੇ ਹੈ ਤੁਹਾਡੇ ਕੋਲ ਜੇ ਹੱਥ ਫੜਿਆ ਕਿਵੇਂ ਫੜਿਆ ਹੱਥ ਤੁਸੀਂ ਲੇਡੀਜ਼ ਪੁਲਸ ਕਿੱਥੇ ਹੈ ਤੁਹਾਡੇ ਕੋਲ ਬੇ ਵੀਡੀਓ 'ਚ ਆਇਆ ਹੋਇਆ ਝੂਠ ਨਾ ਬੋਲ ਬਾਈ ਸਿਵਲ ਵਰਦੀ 'ਚ ਆ ਕੇ ਤੂੰ ਲੇਡੀਜ਼ 'ਚ ਹੱਥ ਫੜਿਆ ਮੋਬਾਈਲ ਕੱਲ੍ਹ ਮੋਬਾਈਲ ਲੈ ਕੇ ਯਾਰ ਗਲਤ ਗੱਲ ਬਿਲਕੁਲ ਨਾ ਕਰੋ ਤੁਸੀਂ ਠੀਕ ਹੈ ਨਾ ਕੋਈ ਗੱਲ ਨਹੀਂ ਆਹ ਦੇਖ ਲਓ ਲੇਡੀਜ਼ ਹੈਗੀ ਆ ਇਹਨਾਂ ਨੂੰ ਸ਼ੂਗਰ ਬੀਪੀ ਸਾਰੀ ਦੀ ਦਿੱਕਤ ਆ ਮੈਂ ਗਲਤ ਗੱਲ ਨਹੀਂ ਬਿਲਕੁਲ ਕਰਨੀ ਡਰਾਮੇ ਕਰਦੇ ਪਏ ਨੇ ਲੇਡੀ ਡਰਾਮੇ ਕਰ ਰਹੀ ਹੈ ਲੇਡੀ ਚਲੋ ਠੀਕ ਹੈ ਇਹਨਾਂ ਦਾ ਕਹਿਣ ਦਾ ਮਤਲਬ ਲੇਡੀ ਡਰਾਮੇ ਕਰ ਰਹੀ ਹੈ ਤੁਹਾਨੂੰ ਮੈਂ ਰਿਪੋਰਟ ਦਿਖਾਦਾ ਬੀਬੀ ਸ਼ੁਕਰ ਦੀ ਮਰੀਜ਼ ਹੈ ਭਰਾਵਾ ਤੈਨੂੰ ਰਿਪੋਰਟ ਦਿਖਾਦਾਂਗਾ ਠੀਕ ਹੈ ਆ ਸਾਡੇ ਘਰੇ ਸ਼ਾਮੀ 5 ਵਜੇ ਤੋਂ ਬਾਅਦ ਪੁਲਿਸ ਵਾਲੇ ਅੰਦਰ ਵੜ ਗਏ ਆ ਉਹਨਾਂ ਨੇ ਮੇਰੀ ਮੰਮੀ ਨੂੰ ਮਾਰਿਆ ਉਹਨਾਂ ਨੇ ਪਹਿਲੇ ਬਾਂਹ ਮਰੋੜੀ ਉਹਨਾਂ ਦੀ ਬਾਂਹ ਟੁੱਟ ਗਈ ਆ ਤੇ ਉਹ ਲੱਤਾਂ ਵੀ ਮਾਰੀਆਂ ਉਹਨਾਂ ਨੂੰ ਤੇ ਘਰੇ ਆ ਕੇ ਵਾਧੂ ਬੋਲੇ ਵਾਲੇ ਗਾਲਾਂ ਗੁਲਾਂ ਵੀ ਕੱਢੀਆਂ ਤੇ ਸਾਹਮਣੇ ਵਾਲਿਆਂ ਨਾਲ ਕੋਈ ਕੁੰਡੀ ਦਾ ਝਗੜਾ ਸੀਗਾ ਉਹਨਾਂ ਦਾ ਇਸ ਕਰਕੇ ਲੜਾਈ ਹੋਈ ਹੈ ਅਸੀਂ ਇਹੀ ਮੰਗ ਕਰਦੇ ਹਾਂ ਕਿ ਵੀ ਹੁਣ ਥਾਣਾ ਕੁਲਗੜੀ ਤੋਂ ਇਹ ਸੁਰਜੀਤ ਐਸਆਈ ਦੀ ਜੋ ਬੰਦੀ ਕਾਰਵਾਈ ਹੈ ਉਹ ਕੀਤੀ ਜਾਵੇ ਇਹ ਆਪਣੇ ਨਾ ਅੱਜ
5 ਵਜੇ ਤੋਂ ਬਾਅਦ ਪੁਲਿਸ ਆਈ ਘਰੇ ਆਪਣੇ, ਤੇ ਆਪਣਾ ਰੋਲਾ ਸਿਰਫ ਗੁਆਂਢੀਆਂ ਦਾ ਮਾੜਾ ਮੋਟਾ ਬਿਜਲੀ ਦਾ ਸੀਗਾ ਜੀ। ਉਹਨਾਂ ਨੇ ਕੋਈ ਕੁੰਡੀ ਪਾਈ ਸੀ, ਉਹਨਾਂ ਦੀ ਕੁੰਡੀ ਫੜੀ ਗਈ, ਤਾਂ ਉਹਨਾਂ ਦੇ ਕਹਿਣ ਦਾ ਮਤਲਬ ਰੜਕ 'ਚ ਆ ਕੇ ਉਹਨਾਂ ਨੇ ਪੁਲਿਸ ਭੇਜਤੀ, ਬਟ ਉਹਨਾਂ ਕੋਲ ਲੇਡੀਜ਼ ਪੁਲਿਸ ਸੀਗੀ ਕੋਈ ਨਹੀਂ। ਅਤੇ ਉਹਨਾਂ ਨੇ ਆ ਕੇ ਮੇਰੀ ਮਾਤਾ ਸੁਨੀਤਾ ਦੇ ਪਹਿਲਾਂ ਹੱਥ ਫੜਿਆ, ਉਹ ਹੈਗੇ ਆਪਣੇ BP ਸ਼ੂਗਰ ਦੇ ਪੇਸ਼ੈਂਟ ਨੇ, ਠੀਕ ਹੈ ਜੀ। ਉਸ ਤੋਂ ਬਾਅਦ ਉਹਨਾਂ ਨੇ ਆ ਕੇ ਉਹਦੇ ਲੱਤ ਮਾਰੀ ਹੈ, ਬਕਾਇਦਾ ਮੇਰੇ ਕੋਲ ਵੀਡੀਓ ਹੈ, ਸੁਰਜੀਤ ਸਿੰਘ SI ਉਹਦੇ ਨਾਲ ਦੋ ਬੰਦੇ ਆਏ ਵਿਦਆਊਟ ਯੂਨੀਫੋਰਮ 'ਤੇ, ਠੀਕ ਹੈ ਜੀ। ਅਤੇ ਕਹਿਣ ਦਾ ਮਤਲਬ ਹੁਣ ਮੇਰੀ ਮਾਤਾ ਸੀਰੀਅਸ ਨੇ, ਆਪਣੇ ਇੱਥੇ ਸਿਵਲ ਹਸਪਤਾਲ 'ਚ ਭਰਤੀ ਨੇ, ਠੀਕ ਹੈ ਜੀ। ਮੰਗ ਕਰਦੇ ਜੀ ਆਪਣੇ ਦੋਸ਼ੀਆਂ ਨੂੰ ਫੜਿਆ ਜਾਵੇ ਅਤੇ ਕੜੀ ਤੋਂ ਕੜੀ ਕਾਰਵਾਈ ਆਪਣੇ ਕੀਤੀ ਜਾਵੇ, ਜੋ ਵੀ ਕੀਤੀ ਜਾ ਸਕਦੀ। ਹਾਂਜੀ ਦੱਸਿਆ ਜੀ, ਆਪਣੇ ਸਾਹਮਣੇ ਵਾਲਿਆਂ ਨੇ ਨਾ ਮਤਲਬ ਅੱਜ ਕੱਲ੍ਹ ਮੀਟਰ ਨਹੀਂ ਲੱਗਦੇ ਪਏ ਜੀ, ਨਾ NOC ਦਾ ਕੋਈ ਰੋਲਾ ਹੈ, ਅਤੇ ਉਹਨਾਂ ਦੇ ਘੱਟੋ ਘੱਟ ਮੇਰੇ ਖਿਆਲ 1.5-1.5 ਸਾਲ ਦੇ ਤਰਪੇ ਕੁੰਡੀ ਚੱਲਦੀ ਪਈ ਹੈ, ਅਤੇ ਉਹਨਾਂ ਦੀ ਕੁੰਡੀ ਫੜੀ ਗਈ, ਉਹਨਾਂ ਨੂੰ 10-20 ਹਜ਼ਾਰ ਰੁਪਏ ਜੁਰਮਾਨਾ ਪਿਆ ਨਾ। ਉਹਨਾਂ ਨੂੰ ਇਹ ਲੱਗਦਾ ਕਿ ਕੁੰਡੀ ਆਪਾਂ ਫੜਾਈ ਹੈ, ਹਾਲਾਂਕਿ ਉਹਨਾਂ ਨੂੰ ਇੱਕ ਆਪਣੇ ਬਿਜਲੀ ਬੋਰਡ 'ਚ ਲੈਟਰ ਹੈਗੀ ਹੈ, ਉਹ ਕਿਸੇ ਮੈਡਮ ਨੇ ਉਹਨਾਂ ਨੂੰ ਕਿਹਾ ਸੀਗਾ ਕਿ ਮੇਰੀ ਤਾਰ 'ਚੋਂ ਕੁੰਡੀ ਕਿਉਂ ਪਾਈ ਹੈ। ਮੈਟਰ ਸਾਰਾ ਇਹ ਹੈ, ਉਹਨਾਂ ਨੂੰ ਸਾਡੇ 'ਤੇ ਰੋਲਾ ਸੀਗਾ, ਅਸੀਂ ਕਹਿ ਵੀ ਦਿੱਤਾ ਕਿ ਸਾਡੇ ਕੋਲ ਐਪਲੀਕੇਸ਼ਨ ਹੈ ਜਿੰਨੇ ਤੁਹਾਡੀ ਬਿਜਲੀ ਬੋਰਡ 'ਚ ਲੈਟਰ ਪਾਈ ਹੈ, ਠੀਕ ਹੈ ਜੀ। ਅਤੇ ਕਹਿਣ ਦਾ ਮਤਲਬ ਹੈ ਕੱਲ੍ਹ ਫਿਰ ਉਹਨਾਂ ਨੇ ਕੋਈ ਬਿਜਲੀ ਦੀ ਹਰਕਤ ਕਰਦੇ ਪਏ, ਉਸ ਚੱਕਰ 'ਤੇ ਬਸ ਉਹ ਲੜਾਈ ਨੂੰ ਉਹ ਦੂਸਰਾ ਰੂਪ 'ਚ ਲੈਣਾ ਚਾਹੁੰਦੇ। ਉਸ ਤੋਂ ਬਾਅਦ ਕਹਿੰਦੇ ਕਿ 50 ਸਾਲ ਦੀ ਜਨਾਨੀ ਹੈ, ਬਾਪੂ ਮੇਰਾ 58 ਸਾਲ ਦਾ, ਉਹਨਾਂ ਨੂੰ ਕਹਿੰਦੇ ਅੱਖ ਮਾਰੀ ਹੈ, ਛੇੜਿਆ, ਇਹ ਗੱਲ 'ਤੇ ਸਾਰਾ ਰੋਲਾ। ਅਤੇ ਉਹਨਾਂ ਨੇ ਪੁਲਿਸ ਭੇਜੀ ਹੈ, ਉਹਦੇ ਨਾਲ ਲੇਡੀਜ਼ ਪੁਲਿਸ ਸੀਗੀ ਨਹੀਂ, ਅਤੇ ਉਹਨਾਂ ਨੇ ਕਹਿਣ ਦਾ ਮਤਲਬ ਲੱਤ ਮਾਰੀ ਹੈ। ਸੁਰਜੀਤ ਸਿੰਘ SI ਉਹਦੇ ਨਾਲ ਦੋ ਬੰਦੇ ਆਏ ਆ, ਕਹਿੰਦੇ ਨੇ ਅਸੀਂ ਕੋਲਗੜੀ ਥਾਣੇ ਤੋਂ ਆਏ ਨੇ,